ਸੱਚ ਦਾ ਸੁਨੇਹਾ ਚੈਨਲ ਅੱਜ ਤੁਹਾਨੂੰ ਰੁਪਿੰਦਰ ਗਾਂਧੀ ਜਿਸ ਦੇ ਜੀਵਨ ਤੇ ਆਧਾਰਿਤ ਦੋ ਫਿਲਮਾਂ ਵੀ ਬਣ ਚੁੱਕੀਆਂ। ਰੁਪਿੰਦਰ ਗਾਂਧੀ ਦੇ ਜੀਵਨ ਤੇ ਆਧਾਰਿਤ ਪਿਛਲੇ ਦਿਨ ਰਿਲੀਜ਼ ਹੋਈ ਫਿਲਮ ਰੁਪਿੰਦਰ ਗਾਂਧੀ 2 ਦਾ ਰਾਬਿਨ ਹੁੱਡ, ਜਿਸ ਦੀ ਸਿਨੇਮਾ ਘਰਾਂ ਅਤੇ ਮੌਲਾਂ ਵਿੱਚ ਟਿਕਟ ਨਹੀਂ ਮਿਲ ਰਹੀ ਹੈ। ਕਈ ਰੁਪਿੰਦਰ ਗਾਂਧੀ ਨੂੰ ਗੈਂਗਸਟਰ ਅਤੇ ਕਈ ਮਸੀਹਾ ਕਹਿੰਦੇ ਸਨ। ਅਸੀਂ ਅੱਜ ਤੁਹਾਨੂੰ ਉਸ ਦੇ ਜੀਵਨ ਬਾਰੇ ਜਾਣਕਾਰੀ ਦੇਵਾਂਗੇ। ਰੁਪਿੰਦਰ ਗਾਂਧੀ ਦਾ ਕੱਦ 6 ਫੁੱਟ ਤੋਂ ਵੀ ਉੱਪਰ ਸੀ। ਰੁਪਿੰਦਰ ਗਾਂਧੀ ਨੈਸ਼ਨਲ ਪੱਧਰ ਦਾ ਫੁੱਟਬਾਲ ਦਾ ਖਿਡਾਰੀ ਸੀ। ਰੁਪਿੰਦਰ ਗਾਂਧੀ ਦਾ ਪੂਰਾ ਨਾਂ ਰੁਪਿੰਦਰ ਸਿੰਘ ਸੀ, ਪਰ ਉਸਦਾ ਜਨਮ 2 ਅਕਤੂਬਰ ਨੂੰ ਹੋਇਆ ਸੀ, ਜਿਸ ਕਾਰਨ ਉਸਦੇ ਦੋਸਤ ਅਤੇ ਮਿੱਤਰ ਉਸਨੂੰ ਰੁਪਿੰਦਰ ਗਾਂਧੀ ਕਹਿਣ ਲੱਗ ਪਏ। ਰੁਪਿੰਦਰ ਗਾਂਧੀ ਦੇ ਜੀਵਨ ਤੇ ਆਧਾਰਿਤ ਦੋ ਫਿਲਮਾਂ ਬਣ ਚੁੱਕੀਆਂ ਹਨ। ਪਹਿਲੀ ਫਿਲਮ ਰੁਪਿੰਦਰ ਗਾਂਧੀ ਦਾ ਗੈਂਗਸਟਰ ਅਤੇ ਦੂਸਰੀ ਫਿਲਮ ਰੁਪਿੰਦਰ ਗਾਂਧੀ ਦਾ ਰਾਬਿਨ ਹੁੱਡ ਹੈ, ਜੋ ਕਿ ਪਿਛਲੇ ਦਿਨ ਹੀ ਰਿਲੀਜ਼ ਹੋਈ ਹੈ। ਆਪਣੀ ਦਲੇਰੀ ਕਾਰਨ ਅੱਜ ਵੀ ਰੁਪਿੰਦਰ ਗਾਂਧੀ ਲੋਕਾਂ ਦੇ ਦਿਲਾਂ ਵਿੱਚ ਜਿਉਂਦਾ ਹੈ। ਰੁਪਿੰਦਰ ਗਾਂਧੀ 2 ਦਾ ਰਾਬਿਨ ਹੁੱਡ ਫਿਲਮ ਦਾ ਹਾਊਸਫੁੱਲ ਹੋਣਾ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਰੁਪਿੰਦਰ ਗਾਂਧੀ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਜਿਉਂਦਾ ਹੈ। ਸੱਚ ਦਾ ਸੁਨੇਹਾ ਨਿਊਜ਼, ਧੰਨਵਾਦ।